ਲੋਕ ਜੇ ਘਰੋਂ ਗਰੋਸਰੀ ਲੈਣ ਜਾਂਦੇ ਆ ਉਹ ਇੱਕ ਬਹੁਤ ਵੱਡੀ ਸਿਰਦਰਦੀ ਲੱਗਦੀ ਵਾਪਸ ਘਰੇ ਆਉਂਦੇ ਆ ਤੇ ਘਰਾਂ ਦੀਆਂ ਮੌਰਗੇਜਾਂ ਤੰਗ ਕਰਦੀਆਂ ਨੇ ਕੀ ਸਰਕਾਰ ਤੱਕ ਗੱਲ ਪਹੁੰਚਦੀ ਆ ਵੀ ਗਰਾਊਂਡ ਦੇ ਉੱਤੇ ਲੋਕ ਵਾਕਈ ਸਫਰ ਕਰਦੇ ਪਏ ਨੇ ਦੇਖੋ ਬਿਲਕੁਲ ਪਹੁੰਚਦੀ ਆ ਔਰ ਅਸੀਂ ਉੱਥੇ ਕਾਫੀ ਯਤਨ ਕਰਦੇ ਖਾਸ ਕਰਕੇ ਜਿਹੜੇ ਲੋੜਵੰਦ ਹੈਗੇ ਆ ਹੌਲੀ ਹੌਲੀ ਮਹਿੰਗਾਈ ਕੰਟਰੋਲ 'ਚ ਆ ਰਹੀ ਆ 2.8-3.2% ਤੇ ਆ ਗਈ ਕੈਨੇਡਾ ਮੱਚ ਬੈਟਰ ਆ ਬਾਕੀ ਗਲੋਬਲ ਕੰਟਰੀਆਂ ਦੇ ਵਿੱਚ ਇੰਗਲੈਂਡ 'ਚ ਹਜੇ ਵੀ 8-9% ਮਹਿੰਗਾਈ ਆ ਉਹ ਲੋਕ ਜਾਣਨਾ ਚਾਹੁੰਦੇ ਨੇ ਵੀ ਅਸੀਂ ਕਿੰਨੀ ਛੇਤੀ ਸਾਰਾ ਕੁਛ ਕਾਬੂ ਪੈ ਸਕਦੇ ਕਿਉਂਕਿ ਪਿਛਲੇ ਸਾਲ ਤੋਂ ਵੀ ਇਸੇ ਆਸ 'ਤੇ ਸੀਗੇ ਵੀ ਅਗਲੇ ਸਾਲ ਥੋੜ੍ਹਾ ਠੀਕ ਹੋ ਜੂ ਅਗਲੇ ਸਾਲ ਤੋਂ ਹੁਣ ਅਗਲੀ ਆਸ 'ਤੇ ਨੇ ਉਹਦਾ ਭਰੋਸਾ ਕਿੱਦਾਂ ਦਊਗੀ ਸਰਕਾਰ ਜਿੰਨਾ ਚਿਰ ਸਾਡਾ ਇਨਫਲੇਸ਼ਨ 'ਤੇ ਕੰਟਰੋਲ ਆਉਂਦਾ ਨਹੀਂ ਇਹ ਮੁੜ ਕੇ 2-3% ਦੇ ਵਿਚਕਾਰ ਨਹੀਂ ਆਉਂਦੀ ਉਹਨਾਂ ਚਿਰ ਸਾਨੂੰ ਵਧਾਉਣਾ ਪੈਣਾ ਇੰਟਰਸਟ ਰੇਟ ਪ੍ਰੋਬਲਮ ਹੈ ਕਿ ਅਸੀਂ ਸਪੈਂਡ ਬਹੁਤ ਕਰ ਰਹੇ ਉਹਦੇ ਕਰਕੇ ਮਹਿੰਗਾਈ ਹੋ ਰਹੀ ਸੀ ਅਜੇ ਜੇ ਤੁਸੀਂ ਟੂਰਿਜ਼ਮ ਜਾਂ ਟਰੈਵਲ ਦੇਖੋ ਉਨੀ ਜ਼ੋਰ ਸ਼ੋਰ ਨਾਲ ਚੱਲ ਰਿਹਾ ਵੱਧ ਹੀ ਚੱਲ ਰਿਹਾ 2019 ਦੇ ਲੈਵਲ ਨਾਲੋਂ ਘੱਟ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਯੋਗਰਾਜ ਸਿੰਘ ਕਾਲੋਂ ਕੈਨੇਡਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਨੇ ਗੱਲਾਂ ਨੇ ਚਰਚਾਵਾਂ ਨੇ ਕੁਛ ਵੀ ਆਪਾਂ ਇਹਨੂੰ ਸ਼ੇਪ ਦੇ ਸਕਦੇ ਹਾਂ ਕਿ ਬਈ ਕੈਨੇਡਾ ਆਉਣ ਵਾਲੇ ਸਾਲਾਂ ਦੇ ਵਿੱਚ ਜਾਊਗਾ ਕਿੱਧਰ ਘਰ ਮਹਿੰਗੇ ਨੇ ਲੋਕਾਂ ਦਾ ਰਹਿਣਾ ਸਹਿਣਾ ਔਖਾ ਹੈ ਲੋਕ ਬਹੁਤ ਗਿਣਤੀ ਦੇ ਵਿੱਚ ਨੇ ਜਿਨ੍ਹਾਂ ਦਾ ਮਾਊਥ-ਟੂ ਹੈਂਡ ਜਿਹੜਾ ਪਹਿਲਾਂ ਚੱਲਦਾ ਸੀਗਾ ਉਹ ਵੀ ਨਹੀਂ ਹੁਣ ਪੂਰਾ ਚੱਲ ਪਾ ਰਿਹਾ ਉਹਦੇ ਵਿੱਚ ਵੀ ਪੈਸੇ ਹਰ ਮਹੀਨੇ ਉਹਨਾਂ ਦੇ ਖਰਚੇ ਦੇ ਵਿੱਚ ਪੈ ਰਹੇ ਨੇ ਕੋਈ ਲੋਕ ਬਾਹਰੋਂ ਪੈਸੇ ਮੰਗਵਾ ਰਹੇ ਨੇ ਇੱਥੋਂ ਚੁੱਕ ਚੁੱਕ ਕੇ ਆਪਣੇ ਖਰਚੇ ਚਲਾ ਰਹੇ ਨੇ ਲਾਈਫ ਸਟਾਈਲ ਸੈੱਟ ਹੋਏ ਨੇ ਸੋ ਉਹ ਸਾਰੇ ਕੁਛ ਦੇ ਵਿੱਚ ਇਹ ਸਦਾ ਬਾਹਰ 'ਤੇ ਚੀਜ਼ ਰਹਿਣੀ ਨਹੀਂ ਪਰ ਇਹ ਕਿੰਨਾ ਚਿਰ ਰਹੂਗੀ ਇਹਦੇ ਉੱਤੇ ਕਾਬੂ ਪਾਉਣ ਲਈ ਕੈਨੇਡਾ ਸਰਕਾਰ ਪ੍ਰੋਪਰ ਕੀ ਪਲੈਨਸ ਲੈ ਕੇ ਆ ਰਹੀ ਆ ਸੋ ਹਰ ਇੱਕ ਚੀਜ਼ ਦੀ ਵਿਉਂਤਬੰਦੀ ਕਿਸ ਢੰਗ ਤਰੀਕੇ ਨਾਲ ਹੋ ਰਹੀ ਹੈ ਜੇ ਅੱਜ ਨੇ ਤਾਂ ਅੱਜ ਤੋਂ ਇੱਕ ਸਾਲ ਬਾਅਦ ਹਾਲਾਤ ਕਿੱਧਰ ਨੂੰ ਜਾਣਗੇ ਸਰਕਾਰ ਅੱਜ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੀ ਆਪਾਂ ਅੱਜ ਸਰਕਾਰ ਦੇ ਨਜ਼ਰੀਏ ਨਾਲ ਤੁਹਾਨੂੰ ਇਹ ਸਾਰਿਆਂ ਵਿਸ਼ਿਆਂ ਦੇ ਉੱਤੇ ਚਰਚਾਵਾਂ ਕਰਾਂਗੇ ਸਾਡੇ ਨਾਲ ਸਰੀ ਸੈਂਟਰਲ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਸਰਾਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਬੜਾ ਦੁਬਾਰਾ ਸਾਨੂੰ ਚਾਂਸ ਦਿੱਤਾ ਤੁਹਾਡੇ ਸ਼ੋਅ 'ਤੇ ਆਉਣ ਦੇ ਬਹੁਤ ਧੰਨਵਾਦ ਤੁਹਾਡੇ ਦੀ ਬਹੁਤ ਸ਼ੁਕਰੀਆ ਸਰਾਏ ਸਾਹਿਬ ਸਮਝ ਨਹੀਂ ਲੱਗਦੀ ਸ਼ੁਰੂਆਤ ਕਿੱਥੋਂ ਕਰੀਏ ਕਿਉਂਕਿ ਅੱਜ ਕੱਲ੍ਹ 3-4 ਚੀਜ਼ਾਂ ਨੇ ਜਿਹੜੀਆਂ ਲੋਕਾਂ ਦੀਆਂ ਮੁੱਖ ਨੇ ਲੋਕ ਜੇ ਘਰੋਂ ਗਰੋਸਰੀ ਲੈਣ ਜਾਂਦੇ ਆ ਅਤੇ ਲੋਕਾਂ ਨੂੰ ਉਹ ਇੱਕ ਬਹੁਤ ਵੱਡੀ ਸਿਰਦਰਦੀ ਲੱਗਦੀ ਵਾਪਸ ਘਰੇ ਆਉਂਦੇ ਆ ਅਤੇ ਘਰਾਂ ਦੇ ਕਿਰਾਏ ਜਾਂ ਘਰਾਂ ਦੀਆਂ ਮੌਰਗੇਜਾਂ ਤੰਗ ਕਰਦੀਆਂ ਨੇ ਹਰ ਇੱਕ ਪੱਖੋਂ ਲੋਕ ਜਿਹੜੇ ਨੇ ਥੋੜ੍ਹੇ ਦੁਖੀ ਨੇ ਸਰਕਾਰ ਇਹ ਸਮਝਦੀ ਹੈ ਕਿ ਸਰਕਾਰ ਤੱਕ ਪ੍ਰੋਪਰ ਜਿਹੜੀ ਉੱਤੇ ਤੱਕ ਗੱਲ ਪਹੁੰਚਦੀ ਆ ਵੀ ਗਰਾਊਂਡ ਦੇ ਉੱਤੇ ਲੋਕ ਵਾਕਈ ਸਫਰ ਕਰਦੇ ਪਏ ਨੇ ਜਿਹਾ ਦੇਖੋ ਬਿਲਕੁਲ ਪਹੁੰਚਦੀ ਆ ਔਰ ਅਸੀਂ ਉੱਥੇ ਕਾਫੀ ਯਤਨ ਕਰਦੇ ਖਾਸ ਕਰਕੇ ਜਿਹੜੇ ਲੋੜਵੰਦ ਹੈਗੇ ਆ ਐਸ ਸਮਰ ਗਰੋਸਰੀ ਰੀਬੇਟ ਵੀ ਦਿੱਤਾ ਸੀਗਾ ਇਸੇ ਕਰਕੇ ਅਸੀਂ ਫੀਲ ਕੀਤਾ ਜਿਹੜੇ ਖਾਸ ਕਰਕੇ ਲੋਅਰ ਇਨਕਮ ਵਾਲੇ ਹੈਗੇ ਮੀਡੀਅਮ ਤੋਂ ਲੋਅਰ ਇਨਕਮ 'ਤੇ ਕਿ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੁੰਦਾ ਓਬਵੀਅਸ ਜਿਹੜਾ ਹਾਈਅਰ ਇਨਕਮ ਵਾਲਾ ਉਹਨੂੰ ਗਰੋਸਰੀ ਦੇ ਵਿੱਚ ਉਨੀ ਫਰਕ ਨਹੀਂ ਪੈਂਦਾ ਪਰ ਉਹਨਾਂ ਵਾਸਤੇ ਕੀਤਾ ਗਿਆ ਦੇਖੋ ਗਲੋਬਲ ਜਿਹੜੀ ਇਨਵਾਇਰਮੈਂਟ ਆ ਓਬਵੀਅਸਲੀ ਲੋਕ ਸੁਣਨਾ ਨਹੀਂ ਚਾਹੁੰਦੇ ਲੋਕ ਹਰ ਇੱਕ ਨੂੰ ਆਪਣਾ ਗਰੋਸਰੀ ਦਾ ਅੱਜ ਦਾ ਖਰਚ ਦਾ ਉਹਨੂੰ ਇੰਟਰਨੈਸ਼ਨਲੀ ਨਹੀਂ ਕਈ ਵਾਰੀ ਪਤਾ ਲੱਗਦਾ ਨਾ ਉਹ ਸੁਣਨਾ ਚਾਹੁੰਦੇ ਪਰ ਫਿਰ ਵੀ ਅੰਡਰਸਟੈਂਡ ਕਰਨ ਦੀ ਲੋੜ ਹੈ ਲਾਸਟ 2-3 ਸਾਲਾਂ 'ਚ ਯੂਨੋ ਕੋਵਿਡ ਤੋਂ ਬਾਅਦ ਆਪਣੇ ਕੋਲ ਚਾਈਨਾ ਦਾ 0 ਕੋਵਿਡ ਪੋਲਿਸੀ ਹੋ ਗਈ ਸੀ ਉਹਨਾਂ ਨੇ ਸ਼ਿਪਿੰਗ ਬਹੁਤ ਕੰਟਰੋਲ ਕਰ ਦਿੱਤੀ ਸੀ ਜਿਹਦੇ ਨਾਲ ਮਹਿੰਗਾਈ ਬਹੁਤ ਹੋਈ ਰਸ਼ੀਆ ਨੇ ਜਿਹੜਾ ਯੂਕਰੇਨ 'ਤੇ ਅਟੈਕ ਕੀਤਾ ਯੂਕਰੇਨ ਸਾਰੇ ਯੂਰਪ ਦਾ ਅਫਰੀਕਾ ਦਾ ਬ੍ਰੈਡ ਬਾਸਕਿਟ ਆ ਉਹਦੇ ਨਾਲ ਫੂਡ ਪ੍ਰਾਈਸਿਸ ਬਹੁਤ ਸ਼ੂਟ ਅਪ ਹੋ ਗਈਆਂ ਕਿਉਂਕਿ ਨਾ ਫੂਡ ਉੱਥੋਂ ਨਿਕਲ ਸਕਦਾ ਸੀ ਉਹਦੀ ਚਾਂਸ ਡਿਫੀਕਲਟੀਜ਼ ਆ ਗਈ ਸੀ ਪੋਟੈਸ਼ ਜਿਹੜਾ ਕਿ ਰਸ਼ੀਆ ਤੋਂ ਆਉਂਦਾ ਉਹਦੇ ਉੱਤੇ ਸੈਂਕਸ਼ਨਾਂ ਕੀਤੀਆਂ ਗਈਆਂ ਸੋ ਪੋਟੈਸ਼ ਦੀ ਪ੍ਰਾਈਸ ਈਵਨ ਦੋ ਕੈਨੇਡਾ ਪ੍ਰੋਡਿਊਸਰ ਹੈਗਾ ਪੋਟੈਸ਼ ਦਾ ਤਾਂ ਫਰਟੀਲਾਈਜ਼ਰ ਪਰ ਗਲੋਬਲ ਕਮੋਡਿਟੀ ਆ ਉਹਦੀਆਂ ਪ੍ਰਾਈਸਾਂ ਅਪ ਹੋ ਗਈਆਂ ਗੈਸ ਦੀਆਂ ਪ੍ਰਾਈਸਾਂ ਅਪ ਹੋ ਗਈਆਂ ਹੁਣ ਹੌਲੀ ਹੌਲੀ ਮਹਿੰਗਾਈ ਕੰਟਰੋਲ 'ਚ ਆ ਰਹੀ ਆ 2.8-3.2% 'ਤੇ ਆ ਗਈ ਕੈਨੇਡਾ ਮੱਚ ਬੈਟਰ ਆ ਬਾਕੀ ਗਲੋਬਲ ਕੰਟਰੀਆਂ ਦੇ ਵਿੱਚ ਇੰਗਲੈਂਡ 'ਚ ਹਜੇ ਵੀ 8-9% ਮਹਿੰਗਾਈ ਆ ਅਮਰੀਕਾ 'ਚ ਮੇਰੇ ਖਿਆਲ 3-4% ਆ ਪਰ ਗਵਰਨਮੈਂਟ ਨੂੰ ਇੱਥੇ ਲੌਂਗ ਟਰਮ ਬਹੁਤ ਜ਼ੋਰ ਲਾਉਣਾ ਪੈਣਾ ਤਾਂ ਕਿ ਅਸੀਂ ਕੋਸਟ ਕੰਟਰੋਲ ਕਰੀਏ ਤਾਂ ਇਹਦੇ ਵਿਆਜ ਵੀ ਵਧੇ ਵਿਆਜ ਆਈ ਨੋ ਜਿਹਨੂੰ ਪੇ ਕਰਨਾ ਪੈਂਦਾ ਸਾਨੂੰ ਵੀ ਪੇ ਕਰਨਾ ਪੈਂਦਾ ਬੜਾ ਔਖਾ ਲੱਗਦਾ ਇਸ ਵੇਲੇ ਪਰ ਉਹਦਾ ਜਿਹੜਾ ਰਿਜ਼ਲਟ ਆ ਉਹ ਠੀਕ ਆ ਰਿਹਾ ਕਿ ਇਨਫਲੇਸ਼ਨ ਉਹਦੇ ਕਰਕੇ ਕੰਟਰੋਲ 'ਚ ਆਉਣ ਲੱਗ ਪਈ ਜਿੱਥੇ 8-9% ਤੱਕ ਚਲ ਗਈ ਸੀਗੀ ਹੁਣ 3 ਤੱਕ ਆ ਗਈ 2-3 ਨੋਰਮਲ ਗਿਣਿਆ ਜਾਂਦਾ ਇਹ ਬੈਂਕ ਆਫ ਕੈਨੇਡਾ ਦਾ ਮੈਂਡੇਟ ਆ ਸੋ ਪੂਰਾ ਜ਼ੋਰ ਆ ਮੇਰੇ ਖਿਆਲ ਕੈਬਨਿਟ ਰਿਟਰੀਟ ਜਿਹੜੀ ਪ੍ਰਾਈਮ ਮਿਨਿਸਟਰ ਅਤੇ ਸਾਰੇ ਕੈਬਨਿਟ ਮਿਨਿਸਟਰ ਕਰ ਰਹੇ ਆ ਪ੍ਰਿੰਸ ਐਡਵਰਡ ਆਈਲੈਂਡ ਉਹਨਾਂ ਦੀ ਫਸਟ ਪ੍ਰਾਇਓਰਟੀ ਇਹ ਹੀ ਆ ਕਿ ਅਫੋਰਡੇਬਿਲਿਟੀ
ਸਿਕਿਉਰਿਟੀ ਇਸ਼ੂਜ਼, ਹਾਊਸਿੰਗ ਇਸ਼ੂਜ਼, ਇਹ 'ਤੇ ਅਸੀਂ ਕਿੱਦਾਂ ਵਰਕ ਕਰੀਏ ਜਿਹਦੇ ਨਾਲ ਅਸੀਂ ਮਹਿੰਗਾਈ ਘਟਾ ਸਕੀਏ। ਸਰਾਜ ਸਾਹਿਬ, ਇੱਕ ਆਮ ਫੈਮਿਲੀ ਹੁੰਦੀ ਹੈ ਨਾ ਸਧਾਰਨ, ਉਹਨਾਂ ਵੀ ਨਾ ਆਪਣੇ ਘਰੇ ਬੈਕਅਪਸ ਰੱਖੇ ਹੁੰਦੇ ਆ, ਹਾਂਜੀ, ਵੀ ਆਹ ਕੱਪੜੇ ਰੋਜ਼ ਪਾਉਣ ਵਾਲੇ ਆ, ਕਿਤੇ ਆਉਣ ਜਾਣ ਲਈ ਆਹ ਨੇ, ਆਹ ਰੋਸ਼ਨ ਆ ਜਿਹੜਾ ਅਸੀਂ ਰੋਜ਼ ਵਰਤਣਾ, ਜਦੋਂ ਕਿਤੇ ਮੁੱਕ ਗਿਆ ਤੇ ਅਸੀਂ ਫਿਰ ਫਲਾਣੀ ਪੇਟੀ ਚੋਂ ਆਟਾ ਕੱਢ ਕੇ ਵਰਤ ਲਾਂਗੇ ਘਰੇ, ਮਤਲਬ ਰੋਟੀ ਪੱਕਦੀ ਹੋ ਜਾਊਗੀ, ਨਹੀਂ ਤੇ ਬੈਕਅਪਸ ਹੁੰਦੇ ਆ। ਸਰਕਾਰ ਕੋਲ ਵੀ ਅਜਿਹੇ ਬੈਕਅਪਸ ਨੇ ਕਿ ਚੱਲ ਜੇ ਅੱਜ ਚੀਜ਼ ਇੱਧਰੋਂ ਮਹਿੰਗੀ ਮਿਲਦੀ, ਅਸੀਂ ਇੱਧਰੋਂ ਸਸਤੀ ਲੈ ਲਈਏ ਤਾਂ ਕਿ ਲੋਕਾਂ ਨੂੰ ਥੱਲੇ ਕਿਸੇ ਤਰੀਕੇ ਨਾਲ ਤੰਗੀ ਨਾ ਆ ਸਕੇ, ਕਿਉਂਕਿ ਇੱਕ ਹਰ ਇੱਕ ਚੀਜ਼ ਦਾ ਇੱਕ ਸਟ੍ਰੈਚ ਕਰਨ ਦਾ ਵੀ ਇੱਕ ਬੈਂਡ ਨੂੰ ਇੱਕ ਲੈਵਲ ਆ ਨਾ, ਸਡਨ ਸਟ੍ਰੈਚ ਤੋਂ ਬਾਅਦ ਉਹ ਫਿਰ ਟੁੱਟਣ ਦਾ ਡਰ ਆ, ਤੇ ਲੋਕ ਅੱਜ ਟੁੱਟਣ ਕੰਢੇ ਨੇ, ਉਹ ਲੋਕ ਜਾਣਨਾ ਚਾਹੁੰਦੇ ਨੇ ਵੀ ਅਸੀਂ ਕਿੰਨੀ ਛੇਤੀ ਸਾਰਾ ਕੁਝ ਕਾਬੂ ਪੈ ਸਕਦੇ, ਕਿਉਂਕਿ ਪਿਛਲੇ ਸਾਲ ਤੋਂ ਵੀ ਇਸੇ ਆਸ ਤੇ ਸੀਗੇ ਵੀ ਅਗਲੇ ਸਾਲ ਥੋੜ੍ਹਾ ਠੀਕ ਹੋ ਜੂ, ਅਗਲੇ ਸਾਲ ਤੋਂ ਹੁਣ ਅਗਲੀ ਆਸ ਤੇ ਨੇ, ਉਹਦਾ ਭਰੋਸਾ ਕਿੱਦਾਂ ਦਊਗੀ ਸਰਕਾਰ? ਦੇਖੋ, ਆਈ ਥਿੰਕ ਗਵਰਨਮੈਂਟ ਨੇ ਜਦੋਂ ਕਲੀਅਰਲੀ ਦੱਸਿਆ ਜਦੋਂ ਇੰਟਰਸਟ ਰੇਟ ਵਧਣ ਲੱਗ ਗਿਆ ਵੇ, ਜਿੰਨਾ ਚਿਰ ਸਾਡਾ ਇਨਫਲੇਸ਼ਨ 'ਤੇ ਕੰਟਰੋਲ ਆਉਂਦਾ ਨਹੀਂ, ਇਹ ਮੁੜ ਕੇ 2-3% ਦੇ ਵਿਚਕਾਰ ਨਹੀਂ ਆਉਂਦੀ, ਉਹਨਾਂ ਚਿਰ ਸਾਨੂੰ ਵਧਾਉਣਾ ਪੈਣਾ ਇੰਟਰਸਟ ਰੇਟ। ਐਂਡ ਉਹਦਾ ਇਹੀ ਦੱਸਿਆ ਸੀ ਕਿ ਇਸ ਸਮਰ ਜਿਹੜਾ ਜੁਲਾਈ ਅਗਸਤ ਤੱਕ ਐਕਸਪੈਕਟੇਸ਼ਨ ਹੈ ਕਿ 2-3% ਤੱਕ ਆ ਜੂਗੀ, ਜਿਹੜੀ ਕਿ ਔਲਰੇਡੀ 2.7-3.3 ਆ ਗਈ ਆ, ਆਸ ਹੈ ਕਿ ਸਪਟੈਂਬਰ ਅਕਟੂਬਰ ਤੱਕ ਹੌਲੀ ਹੌਲੀ 2 ਤੱਕ ਆ ਜੂਗੀ, ਫਿਰ ਇਹ ਜਿਹੜਾ ਇੰਟਰਸਟ ਰੇਟ ਆ ਉਹਨੂੰ ਘਟਾਉਣ ਲੱਪਣਗੇ, ਉਹਨੂੰ ਫਾਲ ਦੇ ਵਿੱਚ ਜਾਂ ਬਿਗਿਨਿੰਗ ਆਫ ਨੈਕਸਟ ਈਅਰ ਰਿਡਿਊਸ ਹੋਣ ਲੱਗ, ਕਿਉਂਕਿ ਲੋਕਾਂ ਨੂੰ ਕੋਈ ਇਰਾਦਾ ਵੀ ਇਨਫਲੇਸ਼ਨ 2.8 ਆ ਗਈ ਆ, ਹੁਣ ਇੰਟਰਸਟ ਰੇਟ ਕਿਉਂ ਨਹੀਂ ਘਟ ਰਹੇ, ਹੁਣ ਰਾਈਟ ਵੇ ਘਟ ਜਾਣੇ ਚਾਹੀਦੇ ਆ, ਜੇ ਰਾਈਟ ਵੇ ਘਟਾ ਦਿਓ ਤਾਂ ਲੋਕ ਖਰਚਣ ਵੱਧ ਲੱਪਣ, ਕਿਉਂ ਪ੍ਰੋਬਲਮ ਇਸ ਵੇਲੇ ਇਹ ਹੈਗੀ ਹੈ ਕਿ ਅਜੇ ਤੱਕ ਕੰਜ਼ਿਊਮਰ ਨੇ ਆਪਣਾ ਖਰਚ ਜਿਹੜਾ ਉਹ ਘਟਾਇਆ ਨਹੀਂ ਹੈਗਾ, ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਇੰਟਰੋਡਕਸ਼ਨ ਕਿਹਾ ਸੀ ਕਿ ਹਰ ਇੱਕ ਸਟੈਂਡਰਡ ਆਫ ਲਿਵਿੰਗ ਬੜਿਆ, ਪ੍ਰੋਬਲਮ ਹੈ ਕਿ ਅਸੀਂ ਸਪੈਂਡ ਬਹੁਤ ਕਰ ਰਹੇ, ਉਹਦੇ ਕਰਕੇ ਮਹਿੰਗਾਈ ਹੋ ਰਹੀ ਸੀ, ਅਜੇ ਜੇ ਤੁਸੀਂ ਟੂਰਿਜ਼ਮ ਜਾਂ ਟਰੈਵਲ ਦੇਖੋ ਉਨੀ ਜ਼ੋਰ ਸ਼ੋਰ ਨਾਲ ਚੱਲ ਰਿਹਾ, ਵੱਧ ਹੀ ਚੱਲ ਰਿਹਾ, 2019 ਦੇ ਲੈਵਲ ਨਾਲੋਂ ਘੱਟ ਨਹੀਂ ਹੋਇਆ। ਮੇਰਾ ਵਾਈ ਵੀ ਆਰ ਵੈਂਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਮੀਟਿੰਗ ਸੀਗੀ, ਜਿਸ 3-4 ਦਿਨ ਹੋਏ ਤਾਂ ਐਕਚੁਲੀ ਏਅਰ ਟ੍ਰੈਫਿਕ ਡੋਮੈਸਟਿਕਲੀ ਐਂਡ ਨੌਰਥ ਅਮੈਰੀਕਾ ਵਾਈਡ 2020 ਤੋਂ ਪਹਿਲਾਂ 2019 ਨਾਲੋਂ ਵੀ ਔਲਰੇਡੀ ਵੱਧ ਗਈ ਆ। ਇੰਟਰਨੈਸ਼ਨਲ ਟਰੈਵਲ ਵੀ ਸਿਰ ਤਾਂ ਥੋੜ੍ਹੀ ਜਿਹੀ ਘੱਟ ਆ ਨੰਬਰ 'ਤੇ ਕਿ ਚਾਈਨਾ ਨੂੰ ਅਸੀਂ ਕਾਫੀ ਅਜੇ ਲਿਮਿਟ ਕੀਤੀਆਂ ਫਲਾਈਟਾਂ, ਉਹ ਉਨੀਆਂ ਰਿਜ਼ੂਮ ਨਹੀਂ ਹੋਈਆਂ, ਅੱਗੇ 50 ਫਲਾਈਟਾਂ ਵੈਨਕੂਵਰ ਤੋਂ ਚਾਈਨਾ ਨੂੰ ਜਾਂਦੀਆਂ ਹੁੰਦੀ ਸੀ ਹਫ਼ਤੇ ਦੀਆਂ, ਉਹ 1 ਜਾਂ 2 ਹੀ ਹੁਣ ਜਾਂਦੀਆਂ। ਉਹ ਸੈਕਟਰ ਹੀ ਨਹੀਂ, ਬਾਕੀ ਸਾਰਾ ਸੈਕਟਰ ਟਰੈਵਲ ਦਾ, ਟੂਰਿਜ਼ਮ ਦਾ ਬੂਮ ਕਰ ਰਿਹਾ ਇਸ ਵੇਲੇ। ਸੋ ਅਨਫੋਰਚੁਨੇਟਲੀ ਜਦੋਂ ਕੰਜ਼ਿਊਮਰ ਸਪੈਂਡ ਬਹੁਤ ਕਰਦੇ, ਇੰਟਰਸਟ ਰੇਟ ਦਾ ਇਹੀ ਹੁੰਦਾ ਵੀ ਥੋੜ੍ਹਾ ਕੰਟਰੋਲ ਕਰੋ ਆਪਣੀ ਸਪੈਂਡਿੰਗ ਤਾਂ ਕਿ ਮਹਿੰਗਾਈ ਨਾ ਹੋਵੇ। ਐਂਡ ਆਈ ਥਿੰਕ ਉਹ ਵਰਕ ਕਰਨ ਲੱਗ ਪਿਆ, ਪਰ ਹਜੇ ਫੁੱਲ ਐਕਸਟੈਂਡ ਤੱਕ ਨਹੀਂ ਵਰਕ ਹੋਇਆ, ਹਜੇ ਤੱਕ ਕੰਜ਼ਿਊਮਰ ਸਟਿਲ ਸਪੈਂਡ ਕਰ ਰਹੇ, ਐਂਡ ਉਹ ਕਈ ਜਿਵੇਂ ਤੁਸੀਂ ਕਹਿੰਦੇ ਹਾਂ ਆਪਣਾ ਰੇਨੀ ਡੇ ਫੰਡ ਵਰਤਣ ਲੱਗ ਪਏ ਆ, ਪਰ ਬਹੁਤ ਸਾਰੇ ਨਹੀਂ ਹਜੇ ਵੀ ਕ੍ਰੈਡਿਟ ਕਾਰਡ ਤੇ ਜਾਂ ਉਹਨਾਂ ਕੋਲ ਆਮਦਨ ਹੈਗੀ ਆ, ਫੋਰ ਸਮ ਰੀਜ਼ਨ ਦੇ ਆਰ ਸਪੈਂਡਿੰਗ, ਬਟ ਗੋਲ ਹੈ ਟੂ ਕਲੈਂਪ ਡਾਊਨ ਔਨ ਦੈਟ। ਜਦੋਂ ਉਹ ਸਟੇਬਲਾਈਜ਼ ਹੋ ਗਈ ਇਨਫਲੇਸ਼ਨ ਨੋਰਮਲ ਮਹਿੰਗਾਈ ਤੇ, ਫਿਰ ਐਕਸੈਲਰੇਟਰ ਦੇਵਾਂਗੇ ਜਿੰਨਾ ਇੰਟਰਸਟ ਰੇਟ ਡਾਊਨ ਹੋਊਗਾ। ਹਾਊਸਿੰਗ ਖਾਸ ਕਰਕੇ, ਹਾਊਸਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈ ਕਿ ਕੈਨੇਡਾ ਦੇ ਵਿੱਚ ਤਕਰੀਬਨ 40 ਵਰ੍ਹਿਆਂ 'ਚ ਘਰ 2 ਲੱਖ ਤੋਂ 2.25 ਲੱਖ ਇੰਨੇ ਹੀ ਬਣਦੇ ਹਰ ਸਾਲ, ਈਵਨ ਦੋ ਪਾਪੂਲੇਸ਼ਨ ਡਬਲ ਹੋ ਚੁੱਕੀ ਆ। ਸੋ ਉਹਦੇ ਵਾਸਤੇ ਪ੍ਰੋਵਿੰਸਿਸ ਨੂੰ ਮੋਰ ਇੰਟਰਵੈਂਸ਼ਨ ਕਰਨੀ ਪੈਣੀ ਸਿਟੀਜ਼ ਦੇ ਨਾਲ। ਜੇ ਤੁਸੀਂ ਦੇਖੋ ਹੁਣ ਓਨਟੇਰੀਓ ਡੱਗ ਫੋਰਡ ਨੇ ਕੀਤਾ, ਇੱਥੇ ਵੀ ਈਵਨ ਡੇਵਿਡ ਈਬੀ ਹੁਣੀ ਕਹਿ ਰਿਹਾ ਕਿ ਸਿਟੀਜ਼ ਜਿਹੜੀਆਂ ਨਹੀਂ ਪਰਮਿਟ ਦੇਣਗੀਆਂ ਜਲਦੀ ਜਾਂ ਵਧਾਉਂਦੇ ਨਹੀਂ ਪਰਮਿਟ, ਅਸੀਂ ਉਹਨਾਂ ਦੇ ਆਪਣਾ ਹੀ ਬੰਦਾ ਬਿਠਾਲ ਕੇ ਅਸੀਂ ਉੱਥੇ ਕਰਾਵਾਂਗੇ ਜੇ ਉਹ ਨਹੀਂ ਮੰਨਦੇ। ਐਂਡ ਇਹ ਐਕਸ਼ਨ ਕਰਨਾ ਪੈਣਾ, ਕਿਉਂਕਿ ਜਿਹੜੇ ਪਰਮਿਟ ਅੱਗੇ 1 ਮਹੀਨੇ ਲੱਗਦਾ ਹੁੰਦਾ ਸੀਗਾ, ਉਹ ਅੱਜ 1.5-1.5 ਸਾਲ ਲੱਗਦੇ। ਜਿਹੜੇ ਕਮਰਸ਼ੀਅਲ ਬਿਲਡਿੰਗਾਂ ਜਾਂ ਵੱਡੇ ਅਪਾਰਟਮੈਂਟ ਜਾਂ ਹਾਈ ਰਾਈਜ਼ ਬਣਦੇ, ਇਹ ਜਿਹੜੇ ਅੱਗੇ 1.5 ਸਾਲ ਦੇ ਵਿੱਚ ਪਰਮਿਟ ਉਹਨਾਂ ਨੂੰ ਮਿਲ ਜਾਂਦਾ ਸੀ, ਉਹ 4-6 ਸਾਲ ਲੱਗਦੇ ਆ ਕਈ ਵਾਰੀ ਫੁੱਲ ਬਿਲਡਿੰਗ ਪਰਮਿਟ ਲੈਣ ਨੂੰ। ਸੋ ਉਹ ਜਿਹੜੀ ਕੋਸਟ ਆ ਸਾਰੀ ਕੰਜ਼ਿਊਮਰ 'ਤੇ ਪੈਂਦੀ ਆ, ਔਰ ਇਹ ਇਨਕਰੀਜ਼ਡ ਵੋਲੀਅਮ ਹੋ ਨਹੀਂ ਰਿਹਾ। ਸਾਨੂੰ ਇਨਕਰੀਜ਼ ਵੋਲੀਅਮ ਚਾਹੀਦਾ, ਮੋਰ ਘਰ ਬਣ ਗਏ ਤਾਂ ਉਹ ਪ੍ਰੈਸ਼ਰ ਰੈਂਟਲ ਮਾਰਕੀਟ 'ਤੇ, ਹਾਊਸਿੰਗ ਮਾਰਕੀਟ 'ਤੇ ਘਟੂਗਾ। ਮੈਂ ਨਹੀਂ ਮੰਗਦਾ ਕਿ ਪ੍ਰਾਈਸਾਂ ਡਰੋਪ ਹੋਣ, ਕਿਸੇ ਦਾ ਘਾਟਾ ਪਵੇ, ਪਰ ਐਟਲੀਸਟ ਵਧਣ ਤੋਂ ਤਾਂ ਕੰਟਰੋਲ ਹੋਵੇ ਨਾ। ਜੇ ਸਾਡਾ ਸਪਲਾਈ ਵਧੂਗਾ ਤਾਂ ਫਿਰ ਅਸੀਂ ਕਰਾਂਗੇ। ਸੋ ਉਹਨੇ ਵਰਕਰ, ਸਾਨੂੰ ਪ੍ਰੋਵਿੰਸ ਕਹਿੰਦਾ, ਸਿਟੀ ਕਹਿੰਦੇ ਸਾਡੇ ਕੋਲ ਵਰਕਰ ਨਹੀਂ ਹੈਗੇ, ਵਰਕਰ ਲਿਆਓ, ਉਹ ਫੈਡਰਲ ਗਵਰਨਮੈਂਟ ਦਾ ਕੰਮ ਅਸੀਂ ਕਰ ਰਹੇ ਹਾਂ। ਪਰ ਹੁਣ ਉਹਦਾ ਹਾਊਸਿੰਗ 19 ਵਧਾਉਣ ਵਾਸਤੇ ਉਹ ਪ੍ਰੋਵਿੰਸ ਤਾਂ ਸਿਟੀ ਨੂੰ ਉਹ ਜ਼ਿੰਮੇਵਾਰੀ ਲੈਣੀ ਪੈਣੀ ਆ ਕਿ ਅਸੀਂ ਉਹ ਕਰੀਏ। ਸਰ ਸਾਹਿਬ, ਨੋ ਡਾਊਟ ਇਹ ਮਿਊਨਸਪੈਲਿਟੀ ਦੇ ਹੱਥਾਂ ਦੇ ਵਿੱਚ ਸਿਟੀ ਪਰਮਿਟਸ ਦੀ ਜ਼ਿਆਦਾ ਤਾਕਤ ਹੁੰਦੀ ਹੈ, ਪਰ ਜਿੱਦਾਂ ਹੁਣ ਰੀਸੈਂਟਲੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਮਿਸਟਰ ਪੀਅਰ ਪੌਲਿਵ ਨੂੰ ਵੀ ਮੀਡੀਆ ਦੇ ਵਿੱਚ ਸਵਾਲ ਪੁੱਛਿਆ ਗਿਆ, ਤਾਂ ਉਹਨਾਂ ਕਿਹਾ ਵੀ ਮੈਂ ਲੈਜਿਸਲੇਸ਼ਨ ਲੈ ਕੇ ਆਵਾਂਗੇ ਇਹਦੇ ਬਾਬਤ ਕਿ ਸਿਟੀਜ਼ ਨੂੰ ਜ਼ਰੂਰੀ ਮੈਂਡੇਟ ਹੋ ਜਾਵੇ, ਟਾਈਮ ਬਾਉਂਡ ਬਣ ਜਾਵੇ। ਕੈਨੇਡਾ ਗੌਰਮੈਂਟ ਇਹਦੇ ਵਾਸਤੇ ਕਹਿੰਦੇ ਆਉਣ ਵਾਲੇ ਸਮੇਂ 'ਚ ਜੇ ਉਹ ਪਾਵਰ 'ਚ ਆਉਂਦੇ ਨੇ ਤਾਂ ਇੱਦਾਂ ਦਾ ਮੈਂਡੇਟ ਲੈ ਕੇ ਆਉਣਗੇ ਵੀ ਸਿਟੀਜ਼ ਨੂੰ ਕਰਨਾ ਪਏ। ਉਹ ਐਕਚੁਲੀ ਰੋਂਗ ਆ, ਉਹ ਦੇਖੋ ਕੈਨੇਡਾ ਦੇ ਚਾਰਟਰ, ਕੈਨੇਡਾ ਦੀ ਕੋਨਸਟੀਟਿਊਸ਼ਨ ਦੇ ਮੁਤਾਬਕ ਫੈਡਰਲ ਗਵਰਨਮੈਂਟ ਸਿਟੀਜ਼ ਦੇ ਉੱਤੇ ਨਹੀਂ ਲਾਗੂ ਕਰ ਸਕਦੀ ਆ ਲੈਜਿਸਲੇਸ਼ਨ। ਸੋ ਇਹ ਤਾਂ
ਦੇ ਪ੍ਰੋਪਗੈਂਡਾ ਹੀ ਆ ਉਹ, ਕਿਉਂਕਿ ਆਪੋਜੀਸ਼ਨ ਦੇ ਵਿੱਚ ਹੈਗਾ, ਲੋਕਾਂ ਨੂੰ ਪ੍ਰਚਾਰ ਕਰ ਰਿਹਾ, ਬੜੀ ਝੂਠੀ ਗੱਲ ਆ। ਫੈਡਰਲ ਗਵਰਨਮੈਂਟ ਜਿਹੜੇ ਹਾਊਸਿੰਗ ਆ ਔਰ ਮਿਊਨਿਸਪਲ ਲਾ, ਇਹ ਸਾਰੇ ਪ੍ਰੋਵਿੰਸਾਂ ਦੇ ਹੇਠ ਆਉਂਦੇ ਆ। ਫੈਡਰਲ ਗਵਰਨਮੈਂਟ ਨਹੀਂ ਲੈਜਿਸਲੇਟ ਕਰ ਸਕਦਾ ਇਹ ਚੀਜ਼, ਇਹ ਸਿਰਫ ਪ੍ਰੋਵਿੰਸ ਹੀ ਕਰ ਸਕਦਾ, ਪ੍ਰੋਵਿੰਸ ਸਿਟੀ ਨੂੰ ਓਵਰਰਾਈਡ ਕਰ ਸਕਦਾ। ਸੋ ਪ੍ਰੋਵਿੰਸ ਕਹਿ ਸਕਦਾ ਕਿ ਸਿਟੀ ਆਫ ਵੈਨਕੂਵਰ, ਸਿਟੀ ਆਫ ਸਰੀ, ਤੁਸੀਂ ਨਹੀਂ ਇਨਫ ਘਰ ਬਣਾਉਂਦੇ, ਤੁਹਾਨੂੰ ਆਹ ਸ਼ਰਤ ਹੈ, ਜਿੱਦਾਂ ਹੁਣ ਪੁਲਿਸਿੰਗ 'ਚ ਵੀ ਕੀਤਾ, ਹੁਣ ਉਹਨੇ ਓਵਰਰਾਈਡ ਕਰਤਾ। ਉਹਨਾਂ ਕੋਲ ਪਾਵਰ ਹੈਗੀ ਆ ਕਿ ਸਿਟੀ ਨੂੰ ਓਵਰਰਾਈਡ ਕਰ ਸਕੇ, ਫੈਡਰਲ ਗਵਰਨਮੈਂਟ ਕੋਈ ਪਾਵਰ ਨਹੀਂ ਹੈਗੀ ਕਿ ਉਹ ਸਿਟੀ ਨੂੰ ਮੈਂਡੇਟ ਕਰ। ਉਹ ਤਾਂ ਗਵਰਨਮੈਂਟ ਪਰ ਆਪਣੀ ਪ੍ਰੋਵਿੰਸਿਸ ਨੂੰ ਕਰ ਸਕਦੇ, ਨਹੀਂ ਕਰ ਸਕਦੇ, ਇਹ ਡਿਵੀਜ਼ਨ ਆਫ ਪਾਵਰਸ ਆ। ਸੋ ਫੈਡਰਲ ਗਵਰਨਮੈਂਟ ਤਾਂ ਕੈਰਟ ਦੇ ਸਕਦੀ ਆ, ਮੈਂ ਤੁਸੀਂ ਕਰੋ ਘਰ ਵੱਧ, ਅਸੀਂ CMHC ਰਾਹੀਂ ਤੁਹਾਨੂੰ ਪੈਸੇ ਉੜ ਦੇਵਾਂਗੇ, ਜਿਹੜਾ ਕਿ ਅਸੀਂ$86 billion ਦਿੱਤਾ। ਇਹ ਸਾਡੇ ਕੋਲ ਟੂਲ ਹੈਗੇ ਆ। ਇੱਕ ਨਵੀਂ ਜਿਹੜੀ LMIs ਦੇ ਵਿੱਚ ਬਹੁਤ ਸਾਰੇ ਇੰਪਲੋਇਰਸ LMI ਅਪਲਾਈ ਕਰਦੇ ਸੀ, ਸਮਾਂ ਬਹੁਤ ਲੱਗਦਾ ਸੀ ਉਹਨਾਂ ਨੂੰ, ਫਿਰ ਜਿਹੜੇ ਪਰਮਿਟਸ ਥੋੜ੍ਹੇ ਥੋੜ੍ਹੇ ਚਿਰ ਦੇ ਮਿਲਦੇ ਸਨ, ਕਿਸੇ ਨੂੰ ਸਾਲ ਦਾ, ਡੇਢ ਸਾਲ ਦਾ, ਦੋ ਸਾਲ ਦਾ, ਉਹਦੇ 'ਚ ਜਿਹੜੀ ਚੇਂਜ ਆਈ ਆ ਹੁਣ ਇੰਪਲੋਇਰਸ ਨੂੰ ਬੈਨੀਫਿਟ ਜਿਹੜਾ ਗੌਰਮੈਂਟ ਵੱਲੋਂ ਦਿੱਤਾ ਜਾ ਰਿਹਾ, ਉਹ ਕੀ ਹੈ ਅਤੇ ਉਹਦੇ ਨਾਲ ਕੀ ਬਦਲਾਅ ਹੋਏਗਾ ਜੀ? ਸ਼ੋਰ ਉਦੋਂ ਕਿ ਉਹ ਇੰਪਲੋਇਰ ਨੂੰ ਵੀ ਬੈਨੀਫਿਟ ਹੈ ਅਤੇ ਇੰਪਲੋਈ ਨੂੰ ਵੀ ਬੈਨੀਫਿਟ ਹੈ। ਸੋ ਰਿਸਪੈਕਟਡ ਜਿਹੜੇ ਇੰਪਲੋਇਰ ਹੈਗੇ ਆ, ਜਿਹੜੇ ਪਿਛਲੇ 5 ਸਾਲਾਂ 'ਚ ਘੱਟੋ ਘੱਟ 3 ਵਾਰੀ ਉਹਨੇ ਇੱਕ ਜੋਬ ਲਈ ਅਪਲਾਈ ਕੀਤਾ ਹੋਵੇ ਵਰਕ ਪਰਮਿਟ ਲਈ, ਤਾਂ ਜਦੋਂ ਵਰਕ ਪਰਮਿਟ ਬਸ ਉਹਨੀ ਕੁੱਕ ਲਏ ਅੱਗੇ, ਅਤੇ 2 ਸਾਲ ਬਾਅਦ ਫਿਰ ਕੁੱਕ ਲਈ ਅਪਲਾਈ ਕੀਤਾ, ਅਤੇ ਸਾਲ ਬਾਅਦ ਫਿਰ ਕੁੱਕ ਲਈ ਅਪਲਾਈ ਕੀਤਾ, ਅਤੇ ਉਹਨਾਂ ਦੇ ਵਿੱਚ ਕੋਈ ਕੰਪਲੇਂਟ ਨਹੀਂ ਆਈ, ਉਹਨਾਂ ਦਾ ਕੋਈ ਸ਼ਿਕਾਇਤ ਨਹੀਂ ਆਈ, ਗੁੱਡ ਰੈਪੂਟੇਸ਼ਨ ਵਾਲੇ, ਉਹ ਇਹ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ। ਇਹਦੇ ਲਈ ਰਿਗਰਸ ਅਪਰੂਵਲ ਲਈ ਥੋੜ੍ਹਾ ਪਹਿਲਾਂ ਅਪ ਫਰੰਟ ਕੰਡੀਸ਼ਨਾਂ ਵੱਧ ਹੈਗੀਆਂ, ਜੇ ਉਹ ਸੈਟਿਸਫਾਈ ਕਰ ਦੇਣ ਫਿਰ ਉਹਨਾਂ ਨੂੰ 18 ਮਹੀਨੇ ਦਾ LMI ਦੇ ਬਜਾਏ ਉਹਨਾਂ ਨੂੰ 3 ਸਾਲ ਦਾ ਮਿਲੂਗਾ। ਸੋ ਫੋਰ ਇਗਜ਼ਾਮਪਲ ਉਹਨਾਂ ਨੂੰ 10 employee ਚਾਹੀਦੇ ਆ, 10 employees ਉਹਨੀ ਹਾਇਰ ਕਰ ਲਏ ਆ, ਉਹਨਾਂ ਨੂੰ 3 ਸਾਲ ਉਹ ਉੱਦਾਂ ਹੀ ਖੁੱਲ੍ਹਾ ਰਹੂਗਾ ਜਿਹੜਾ LMI ਹੈ। ਸੋ ਵਰਕ ਪਰਮਿਟ 2 ਸਾਲ ਦਾ ਹੁੰਦਾ ਆਮ ਤੌਰ 'ਤੇ, ਸੋ ਜੋ 2 ਸਾਲ ਤੋਂ ਬਾਅਦ ਆਮ ਤੌਰ 'ਤੇ ਇੰਪਲੋਈ ਨੂੰ ਫਿਰ ਕਹਿਣਾ ਪੈਂਦਾ ਵੀ ਦੁਬਾਰਾ ਅਪਲਾਈ ਕਰ, ਤਾਂ ਇੰਪਲੋਇਰ ਕਹਿੰਦਾ ਹੁੰਦਾ ਮੈਨੂੰ ਮੈਂ ਕੀਤਾ ਆ, ਮੇਰਾ ਪਹਿਲਾਂ LMI ਹੋ ਜਾਵੇ ਅਪਰੂਵ, ਮੈਂ ਫਿਰ ਹੀ ਤੈਨੂੰ ਦੇ ਸਕਦਾ। ਉਹ ਚਿੰਤਾ ਦਾ ਵਿਸ਼ਾ ਕਿ ਮੈਂ 4 ਸਾਲ ਕੋ 3 ਸਾਲ ਦੇ ਵਿੱਚ ਆਪੇ ਰਿਨਿਊ ਹੋ ਕੇ ਉਹ 2 ਸਾਲ ਫੇਰ ਹੋ ਸਕਦਾ। ਸੋ ਕਾਫੀ ਉਹਨਾਂ ਫਰਕ ਹੋ ਗਿਆ। ਪਾਇਲਟ ਪ੍ਰੋਗਰਾਮ ਆ ਸਪਟੰਬਰ ਤੋਂ ਸ਼ੁਰੂ ਹੋ ਰਿਹਾ ਐਗਰੀਕਲਚਰ ਵਰਕਰਾਂ ਦੇ, ਤੇ January 1 ਤੋਂ ਬਾਕੀ ਸਾਰੇ ਇੰਡਸਟਰੀਆਂ ਦੇ ਵਿੱਚ ਲਾਗੂ ਹੋਗਾ। ਬਿਲਕੁਲ ਸਰ, ਤੁਹਾਡਾ ਬਹੁਤ ਧੰਨਵਾਦ। ਅੱਜ ਤੁਸੀਂ ਜਿਹੜੇ 3-4 ਇਸ਼ੂ ਸੀਗੇ, ਅਗਲੀ ਵਾਰੀ ਹੋਰ ਚੀਜ਼ਾਂ ਦੇ ਉੱਤੇ ਵੀ ਤੁਹਾਡਾ ਡਿਟੇਲ ਗੱਲਬਾਤ ਜ਼ਰੂਰ ਕਰਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਥੈਂਕ ਯੂ ਤੁਹਾਡੇ ਸਾਰੇ ਸਾਲ। ਸੋ ਇਹ ਸਨ ਸਰੀ ਸੈਂਟਰਲ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਪ੍ਰੋਗਰਾਮ ਚੇਨਈ, ਮੈਨੂੰ ਜੋਗਰਾਜ ਸਿੰਘ ਕਾਲ ਨੂੰ ਦਿਵਾ ਗਿਆ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।